हरेक नु हक है टिकट मंगण दा। गुरदीप पाठ साडे जिला प्रधान सतसाह है, ओ उहनां नु भी हक सी दा टिकट दे मतलब लाइन च लगण दा, पर अगे फैसला पार्टी दा। हर एक बंदे दी इच्छा पूरी नहीं हो सकदी, मेरी भी नहीं कई बार इच्छा पूरी होंदी। सर गुरदीप पार्टी दे काफी भुमक्कड़ जिहड़े ओहदे नाल ने, उहनां नु सुणिया इक हफ्ता वध भी मिल गया, क्योंकि लगातार गुरदीप सिंह बाठ आम आदमी पार्टी के खिलाफ मोर्चा खोली बैठे ने, आजाद उम्मीदवार के तौर पर बरनाला दे विच ਉਹ ਖੜ ਗਏ ਨੇ, ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪ੍ਰਚਾਰ ਕਰਨ ਦੇ ਲਈ ਬਰਨਾਲਾ ਪਹੁੰਚੇ। ਹਰਿੰਦਰ ਧਾਲੀਵਾਲ ਦੇ ਪੱਖ ਵਿੱਚ ਰੋਡ ਸ਼ੋਅ ਕੀਤਾ ਗਿਆ, ਜਿਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੀਪ ਬਾਠ ਦੇ ਬਾਰੇ ਇਹ ਗੱਲਾਂ ਆਖੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੀ ਕੌੜਾ ਬੋਲ ਗੁਰਦੀਪ ਬਾਠ ਦੇ ਬਾਰੇ ਨਹੀਂ ਬੋਲਿਆ ਅਤੇ ਆਖਿਆ ਉਹ ਵੀ ਸਾਡਾ ਹੀ ਹੈ, ਸਾਡੇ ਹੀ ਜਵਾਕ ਨੇ, ਸਾਡੇ ਨਾਲ ਹੀ ਰੁੱਸੇ ਨੇ, ਇਹ ਕੋਈ ਗੱਲ ਨਹੀਂ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਗੁਰਦੀਪ ਬਾਠ ਨੇ ਟਿਕਟ ਮੰਗੀ ਸੀ, ਉਸਦਾ ਹੱਕ ਸੀ, ਪਰ ਪਾਰਟੀ ਨੇ ਜੋ ਫੈਸਲਾ ਕੀਤਾ ਹੈ ਪਾਰਟੀ ਦੇ ਨਾਲ ਹੀ ਖੜਨਾ ਚਾਹੀਦਾ ਸੀ। ਤਾਂ ਇਹ ਗੱਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਗੁਰਦੀਪ ਬਾਠ ਦੇ ਬਾਰੇ ਪੁੱਛੇ ਗਏ ਸਵਾਲਾਂ ਦੇ ਉੱਤੇ ਬੋਲਦਿਆਂ ਆਖੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੋਈ ਵੀ ਟੀਕਾ ਟਿੱਪਣੀ ਇਸ ਦੇ ਉੱਤੇ ਨਹੀਂ ਕੀਤੀ ਅਤੇ ਆਪਣੇ ਬਾਗੀ ਹੋਏ ਗੁਰਦੀਪ ਬਾਠ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਜ਼ਰੂਰ ਕੀਤੀ ਗਈ ਹੈ। ਨਾਲ ਹੀ ਉਹਨਾਂ ਨੇ ਆਖਿਆ ਕਿ ਪਹਿਲਾਂ ਵੀ ਕਈ ਲੋਕ ਪਾਰਟੀਆਂ ਤੋਂ ਅੱਡ ਹੋ ਕੇ ਚੋਣ ਲੜਨ ਦੀ ਜਾਂ ਫਿਰ ਪਾਰਟੀ ਖਿਲਾਫ਼ ਬਗਾਵਤ ਕਰਨ ਦੀ ਕੋਸ਼ਿਸ਼ ਕਰ ਚੁੱਕੇ ਨੇ। ਪਾਰਟੀ ਵੱਡੀ ਹੁੰਦੀ ਹੈ, ਸੰਗਠਨ ਵੱਡਾ ਹੁੰਦਾ, ਕੋਈ ਲੀਡਰ ਕੋਈ ਨੇਤਾ ਵੱਡਾ ਨਹੀਂ ਹੁੰਦਾ। ਤਾਂ ਗੁਰਦੀਪ ਬਾਠ ਦੇ ਬਾਰੇ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖੀਆਂ ਗਈਆਂ। ਜੇ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੇ ਵਿੱਚ ਗੁਰਦੀਪ ਬਾਠ ਮੀਤ ਹੇਅਰ ਦੇ ਖਿਲਾਫ਼ ਮੋਰਚਾ ਖੋਲ੍ਹ ਚੁੱਕੇ ਨੇ ਅਤੇ ਹਰਿੰਦਰ ਧਾਲੀਵਾਲ ਦਾ ਲਗਾਤਾਰ ਵਿਰੋਧ ਕਰ ਰਹੇ ਨੇ। ਆਪਣੀ ਚੋਣ ਮੁਹਿੰਮ ਦੇ ਵਿੱਚ ਸਿੱਧੇ ਤੌਰ 'ਤੇ ਮੀਤ ਹੇਅਰ ਅਤੇ ਹਰਿੰਦਰ ਧਾਲੀਵਾਲ ਦੇ ਖਿਲਾਫ਼ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਨੇ, ਖੁੱਲ੍ਹ ਕੇ ਬੋਲ ਰਹੇ ਨੇ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਪਹਿਲਾ ਦੌਰਾ ਸੀ ਬਰਨਾਲਾ ਦੇ ਵਿੱਚ। ਰੋਡ ਸ਼ੋਅ ਦੇ ਦਰਮਿਆਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਜ਼ਿਆਦਾ ਆਪਣੇ ਉਮੀਦਵਾਰ ਦੇ ਪੱਖ ਦੀਆਂ ਗੱਲਾਂ ਨਹੀਂ ਕੀਤੀਆਂ, ਸਗੋਂ ਆਪਣੇ ਜੋ ਕੰਮ ਕੁਝ ਕੀਤੇ ਆ ਉਹਨਾਂ ਬਾਰੇ ਦੱਸਿਆ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਨਿਸ਼ਾਨੇ 'ਤੇ ਲਿਆ ਅਤੇ ਕੇਵਲ ਸਿੰਘ ਢਿੱਲੋਂ ਦੇ ਖਿਲਾਫ਼ ਬੋਲਦੇ ਦਿਖਾਈ ਦਿੱਤੇ। ਤਾਂ ਹਰਿੰਦਰ ਧਾਲੀਵਾਲ ਦੇ ਪੱਖ ਵਿੱਚ ਜ਼ਰੂਰ ਉਹਨਾਂ ਨੇ ਵੋਟ ਪਾਉਣ ਦੀ ਅਪੀਲ ਲੋਕਾਂ ਨੂੰ ਕੀਤੀ, ਪਰ ਗੁਰਦੀਪ ਬਾਠ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕਲਾ ਢਿੱਲੋਂ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਖਿਲਾਫ਼ ਵੀ ਕੁਝ ਵੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬੋਲੇ। ਤਾਂ ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਰੋਡ ਸ਼ੋਅ ਕੀਤਾ ਗਿਆ ਸੀ ਉਸ ਦੇ ਵਿੱਚ ਇਹ ਸਪੀਚ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਹੋਈ ਉਹ 19 ਮਿੰਟ ਤੋਂ ਜ਼ਿਆਦਾ ਦੀ ਸੀ, ਪਰ ਸਿਰਫ 2-3 ਮਿੰਟ ਹੀ ਆਪਣੀ ਉਮੀਦਵਾਰ ਦੇ ਬਾਰੇ ਉਹ ਬੋਲਦੇ ਦਿਖਾਈ ਦਿੱਤੇ ਅਤੇ ਹੋਰ ਕੁਝ ਵੀ ਜ਼ਿਆਦਾ ਉਹਨਾਂ ਨੇ ਨਹੀਂ ਆਖਿਆ। ਆਪਣੇ ਜੋ ਕੰਮ ਕੀਤੇ ਗਏ ਜਾਂ ਫਿਰ ਜੋ ਬੇਅਦਬੀ ਦਾ ਮਾਮਲਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਆਖਿਆ ਕਿ ਅਸੀਂ ਇਸ ਮਾਮਲੇ 'ਚ ਇਨਸਾਫ਼ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਦੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਪੀਚ ਦੇ ਵਿੱਚ ਦੇ ਕੇ ਗਏ ਅਤੇ ਗੁਰਦੀਪ ਬਾਠ ਦੀ ਜੋ ਬਗਾਵਤ ਹੈ ਉਸਦੇ ਬਾਰੇ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀਆਂ। ਆਪਣੇ ਹੀ ਬਾਗੀਆਂ ਦੇ ਬਾਰੇ ਉਹਨਾਂ ਆਖਿਆ ਕਿ ਉਹ ਵੀ ਸਾਡੇ ਹੀ ਨੇ, ਰੁੱਸਣੇ ਵੀ ਆਪਣੇ ਨਾਲ ਹੀ ਹੁੰਦਾ ਅਤੇ ਉਹਨਾਂ ਨੂੰ ਜਿਹੜਾ ਰੁੱਸਣਾ ਨਹੀਂ ਸੀ ਚਾਹੀਦਾ, ਪਾਰਟੀ ਨੇ ਜੋ ਉਮੀਦਵਾਰ ਖੜ੍ਹਾ ਕੀਤਾ ਉਸਦਾ ਸਾਥ ਦੇਣਾ ਚਾਹੀਦਾ ਸੀ। ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁੱਲ੍ਹ ਕੇ ਆਪਣੇ ਬਾਗੀ ਗੁਰਦੀਪ ਬਾਠ ਦੇ ਬਾਰੇ ਬੋਲੇ ਨੇ।